ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਕੁੜੀ ਦੇ ਮਰਨ ਤੋਂ 15 ਦਿਨ ਬਾਅਦ ਜੋ ਸ਼ਮਸ਼ਾਨ ਘਾਟ ਵਿੱਚ ਹੋਇਆ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ। ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲੈਣ। ਨਾਲ ਹੀ ਖਬਰ ਨੂੰ ਬਾਅਦ ਤੋਂ ਬਾਅਦ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦੇਣਾ। ਦੁਨੀਆਂ ਦੇ ਵਿੱਚ પતિ-ਪਤਨੀ ਦੇ ਪਿਆਰ ਦੇ ਬਹੁਤ ਜ਼ਿਆਦਾ ਕਿਸੇ ਸੁਣਨ ਨੂੰ ਮਿਲ ਜਾਂਦੇ ਹਨ ਤੇ ਦੁਨੀਆਂ ਦੇ ਵਿੱਚ ਇੱਕ ਮਿਸਾਲ ਬਣ ਜਾਂਦੇ ਹਨ ਜਿੱਥੇ ਕੁੱਝ ਜੋੜੀਆਂ ਦੇ ਵੱਲੋਂ ਇਕੱਠੇ ਸਾਥ ਨਿਭਾਇਆ ਜਾਂਦਾ ਹੈ ਤੇ ਇਕੱਠੇ ਜੀਨ ਮਰਦੀਆਂ ਕਸਮਾਂ ਖਤਮਾ ਜਾਂਨ ਗਾਂਤੇ ਕੁੱਝ ਲੋਕਾਂ ਦੇ ਵੱਲੋਂ ਉਹਨਾਂ ਨੂੰ ਪੂਰੇ ਕਰ ਦਿੱਤਾ ਜਾਂਦਾ ਹੈ ਤੇ ਵਿਆਹ ਵਰਗੇ ਪਵਿੱਤਰ ਬੰਧਨ ਦੇ ਵਿੱਚ ਕੁੱਝ ਖੂਬਸੂਰਤ ਜੋੜੇ ਇਸ ਤਰ੍ਹਾਂ ਬਣ ਜਾਂਦੇ ਹਨ ਕਿ ਇਹ ਇੱਕ ਦੂਜੇ ਤੋਂ ਬਿਨਾਂ ਰਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਤੇ ਕਈ ਵਾਰ ਵਕਤ ਦੀ ਐਸੀ ਮਾਰ ਪੈਂਦੀ ਹੈ ਕਿ ਦੋ ਪਿਆਰ ਕਰਨ ਵਾਲਿਆਂ ਨੂੰ ਜੁਦਾ ਕਰ ਦਿੰਦੀ ਹੈ ਜਿਸ ਨੂੰ ਸਹਿਣ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਬਣ ਜਾਂਦਾ ਤੇ ਇਸ ਕਾਰਨ ਕਈ ਵਾਰ ਅਜਿਹੇ ਲੋਕਾਂ ਦੇ ਵੱਲੋਂ ਤਣਾਅ ਵਿੱਚ ਆਕੇ ਗਲਤ ਫੈਸਲਾ ਲੈ ਜਾਂਦੇ ਹਾਂ ਤੇ ਹੁਣ ਕੁੜੀ ਦੇ ਮਾਂ ਤੋਂ 15 ਦਿਨ ਬਾਅਦ ਹੀ ਸ਼ਮਸ਼ਾਨ ਘਾਟ ਦੇ ਵਿੱਚ ਉਹ ਹੋਇਆ ਹੈ ਜਿਸ ਨੇ ਕਿਸੇ ਨੇ ਸੁਪਨਾ ਤੱਕ ਵੀ ਨਹੀਂ ਸੋਚਿਆ ਹੋਣਾ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਬਲੌਦ ਥਾਣਕ ਖੇਤਰ ਦੇ ਅਧੀਨ ਆਉਂਦੇ ਪਿੰਡ ਦੇ ਟੇਕਾਪਾਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਤਨੀ ਇੱਕ ਪਤੀ ਵੱਲੋਂ ਆਪਣੀ ਪਤਨੀ ਨੂੰ ਦੁੱਖ ਵਿੱਚ ਨਾ ਸਹਾਰਦੇ ਹੋਏ ਆਪਣੀ ਜਾਨ ਦੇ ਦਿੱਤੀਗੀ। 30 ਸਾਲਾਂ ਦਾ ਮਰਦ ਤੱਕ ਨੌਜਵਾਨ ਮਨੀਸ਼ ਪੇਸ਼ੇਵ ਜੋ ਕਾਂਸਟੇਬਲ ਜਿਸ ਦਾ ਵਿਆਹ 2 ਮਹੀਨੇ ਪਹਿਲਾਂ ਹੋਸੀ ਜੋ ਆਪਣੀ ਪਤੀ ਨਾਲ ਵਿਆਹ ਤੋਂ ਬਾਅਦ ਬਹੁਤ ਜ਼ਿਆਦਾ ਉਹ ਚਰੇ ਰਾਸਤੇ ਉੱਥੇ ਹੀ ਉਹਨਾਂ ਦਾ ਖੁਸ਼ੀਆਂ ਉਸ ਵੇਲੇ ਬਧੇਰੇ ਲੰਬੇ ਸਮੇਂ ਤੱਕ ਨਾ ਚੱਲ ਸਕੀਆਂ 25 ਜੁਲਾਈ ਨੂੰ ਉਹਦੀ ਪਤਨੀ ਘਰ ਵਿੱਚ ਕੰਮ ਕਰਦੇ ਸਮੇਂ ਅਚਾਨਕ ਜ਼ਮੀਨ ਤੇ ਡੈਗ ਗਈ ਜਿਸ ਨੂੰ ਹਸਪਤਾਲ ਲਿਜਾਣ ਦੇ ਸਮੇਂ ਰਾਹ ਤੇ ਵਿਚ ਉਹਦੀ ਮੌਤ ਹੋ ਗਈ ਤੇ ਐਸਾ ਦੁੱਖ ਵਿੱਚ ਉਹਦਾ ਪਤੀ ਬਾਹਰ ਨਹੀਂ ਨਿਕਲ ਸਕਿਆ ਤੇ ਪਤੀ ਅਕਸਰ ਹੀ ਬਹੁਤ ਜਗ੍ਹਾ ਤੇ ਜਾ ਕੇ ਰੋਂਦਾ ਸੀ ਜਿੱਥੇ ਹੀਮਤਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਹੁਣ ਉਸ ਵੱਲੋਂ ਉੱਥੇ ਹੀ ਆਪਣੇ ਜੀਵਨ ਲੇਲਾ ਸਮਾਪਤ ਕਰ ਲਈ ਗਿਆ ਦਰਖਤ ਦੇ ਨਾਲ ਇੱਕ ਰੱਸੀ ਦੀ ਮਦਦ ਦੇ ਨਾਲ اٹਕ ਕੇ ਖੁਦਕੁਸ਼ੀ ਕਰ ਲੀ ਗਏ ਤੇ ਇਸ ਘਟਨਾ ਦੀ ਸੂਚਨਾ ਪੁਲਿਸ ਵੱਲੋਂ ਮਿਲੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਾਬਜ਼ੇ ਵਿੱਚ ਲੈ ਕੇ ਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤੇ ਇਸ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ ਜਿਸ ਤੋਂ ਬਾਅਦ ਉਹ ਕੰਮ ਤੇ ਵੀ ਨਹੀਂ ਜਾ ਰਿਹਾ ਸੀ